ਨਾਮ ਜੀ ਵਾਹਿਗੁਰੂ ਸਾਹਿਬ ਜੀਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉ ਮੈਂ ਬਿਖ ਫੈਲ ਹੋਹੈ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਾਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾਕੈ ਮਸਤਕ ਲੇਖ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾਕੈ ਮਸਤਕ ਲੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਪਾਤਰ ਬਣੇ ਗੁਰੂ ਚਰਨਾਂ ਵਿੱਚ ਸ਼ਭਾਈਮਾਨ ਗੁਰੂ ਪਿਆਰੇ ਸਤਸੰਗੀ ਜਨੋ ਵਡਭਾਗੇ ਹਾਂ ਗੁਰੂ ਕੇ ਬਚਨਾਂ ਨੂੰ ਸਮਝਣ ਦਾ ਵਿਚਾਰਨ ਦਾ ਇਹ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਮੈਂ ਗੁਰਮੁਖੋਂ ਕਈ ਵਾਰ ਇਹ ਆਮ ਬੈਠਿਆਂ ਵੀ ਗੁਰਮੁਖਾਂ ਦੇ ਨਾਲ ਵਿਚਾਰ ਕਰੀਦੀ ਹੈ ਵੀ ਵੱਡੇ ਭਾਗ ਨੇ ਸਾਨੂੰ ਗੁਰੂ ਨਾਨਕ ਦੀ ਬਾਣੀ ਪੜ੍ਹਨ ਦਾ ਮੌਕਾ ਮਿਲ ਗਿਆ। ਵੱਡੇ ਭਾਗ ਨੇ ਸਾਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣਨ ਵਾਸਤੇ ਮਿਲ ਗਈ, ਪਰ ਉਸ ਤੋਂ ਵੀ ਵੱਡੇ ਭਾਗ ਨੇ ਸਾਨੂੰ ਗੁਰੂ ਸਾਹਿਬ ਦੀ ਬਾਣੀ ਸਮਝਣ ਦਾ ਮੌਕਾ ਮਿਲ ਗਿਆ। ਇਹ ਬਹੁਤ ਘੱਟ ਹੁੰਦਾ ਹੈ। ਬਾਣੀ ਨੂੰ ਵਿਚਾਰਨ ਵਾਲੇ ਪਾਸੇ, ਸਮਝਣ ਵਾਲੇ ਪਾਸੇ ਗੁਰਮੁਖੋਂ ਹਰ ਮਨੁੱਖ ਨਹੀਂ ਤੁਰਦਾ। ਤੁਸੀਂ ਤੁਰੇ ਹੋ ਅਤੇ ਸੱਚਮੁੱਚ ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਤੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ ਹੈ ਸੁਖਮਨੀ ਸਾਹਿਬ, ਲੜੀਵਾਰ ਆਪਾਂ ਵਿਚਾਰ ਰਹੇ ਹਾਂ।
19ਵੀਂ ਪੌੜੀ ਦੀ ਵਾਹਿਗੁਰੂ 19ਵੀਂ ਅਸ਼ਟਪਦੀ ਦੀ ਇਹ 7ਵੀਂ ਪੌੜੀ ਹੈ। ਪਾਠ ਆਪਾਂ ਸੰਗਤੀ ਰੂਪ ਕੀਤਾ ਹੈ। ਅੱਜ ਇਸ ਪਾਵਨ 7ਵੀਂ ਪੌੜੀ ਨੂੰ ਆਪਾਂ ਸਮਝਣ ਦਾ ਵਿਚਾਰਨ ਦਾ ਯਤਨ ਕਰਾਂਗੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਸੁਖਮਨੀ ਸਾਹਿਬ ਦੀ ਪਹਿਲੀ ਪੰਕਤੀ ਤੋਂ ਇਹ ਬਚਨ ਕਹਿ ਦਿੰਦੇ ਨੇ, ਭਾਈ ਪਰਮਾਤਮਾ ਦਾ ਸਿਮਰਨ ਕਰ। ਪਹਿਲੀ ਪੰਕਤੀ ਤੋਂ ਕਹਿੰਦੇ ਨੇ ਸਿਮਰ ਸਿਮਰ ਸਿਮਰ, ਸੁਖ ਪਾ ਸਿਮਰਨ ਕਰ ਉਹਦਾ। ਫਿਰ ਸਮੇਂ ਸਮੇਂ ਉੱਤੇ ਕਿਉਂ ਕਰੀਏ ਇਹ ਵੀ ਸਮਝਾ ਦਿੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਉਸ ਦੇ ਗੁਣਾਂ ਨੂੰ ਗਾ, ਅਤੇ ਅੱਜ ਸਮਝਾਇਆ ਕਿਉਂ ਗਾਵਾਂ, ਕਿਉਂ ਗਾਵਾਂ। ਮਨੁੱਖੀ ਸੁਭਾਅ ਹੈ, ਇਹ ਕਰਨ ਤੋਂ ਪਹਿਲਾਂ ਨਤੀਜਾ ਮੰਗਦਾ ਹੈ। ਕੋਈ ਕੰਮ ਕਰੀਏ ਪਹਿਲਾਂ ਦੱਸੋ ਜੀ ਕਿਉਂ ਕਰਾਂ, ਆਪਾਂ ਹੀ ਕਹਿੰਦੇ ਹਾਂ। ਕੋਈ ਕੰਮ ਹੋਵੇ, ਛੋਟੇ ਤੋਂ ਛੋਟਾ ਬੱਚਾ ਵੀ ਹੈ, ਉਹਨੂੰ ਕਹੀਏ ਤੂੰ ਇਹ ਕੰਮ ਕਰ ਲਓ, ਕਹੇਗਾ ਦੱਸੋ ਪਹਿਲਾਂ ਕਿਉਂ ਕਰਾਂ, ਇਹ ਦੱਸੋ ਮਿਲੇਗਾ ਕੀ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਗੁਣ ਗਾਇਆ ਕਰ ਵਾਹਿਗੁਰੂ ਦੇ। ਸਿੱਖ ਨੇ ਕਿਹਾ ਦੱਸੋ ਪਹਿਲਾਂ ਕਿਉਂ ਗਾਵਾਂ, ਫਿਰ ਗਾਵਾਂਗਾ। ਜਿਸ ਵਿੱਚੋਂ ਕੋਈ ਲਾਭ ਨਹੀਂ ਨਾ ਹੁੰਦਾ ਮੈਂ ਉਹ ਕੰਮ ਨਹੀਂ ਕਰਦਾ। ਫਿਰ ਅੱਜ ਉਹਦੇ ਗੁਣਾਂ ਨੂੰ ਗਾਈਏ ਤਾਂ ਕੀ ਮਿਲਦਾ। ਬਸ ਗੁਰਮੁਖੋ ਸਾਰੀ ਇਹ ਪੌੜੀ ਹੈ ਨਾ, ਇਹ ਸਾਰੀ ਇਸੇ ਦੇ ਉੱਪਰ ਹੈ। ਗੁਣ ਗਾਵਤ ਤੇਰੀ ਉੱਤਰ ਸਮੈਨ, ਪਹਿਲਾ ਕੰਮ ਤੇ ਆ ਹੋਵੇਗਾ। ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਈਏ ਤੇ ਉੱਤਰ ਸਮੈਲ, ਮੈਲ ਉੱਤਰ ਜਾਂਦੀ ਹੈ। ਹੁਣ ਮੈਲ ਲੱਗੀ ਹੋਈ ਹੈ ਤੇ ਹੁਣ ਉੱਤਰ ਗਈ ਹੈ, ਇਹ ਪਤਾ ਕਿਵੇਂ ਲੱਗੇ ਹੁੰਦਾ ਨਾ। ਰੱਬ ਦੇ ਉੱਤੇ ਛੇਤੀ ਬੰਦੇ ਨੂੰ ਭਰੋਸਾ ਕਿਉਂ ਨਹੀਂ ਹੁੰਦਾ? ਕਿਉਂਕਿ ਜਿਹੜੀਆਂ ਰੱਬ ਦੀਆਂ ਬਖਸ਼ਿਸ਼ਾਂ ਨੇ ਉਹ ਗੁਰਮੁਖੋਂ ਦਿਖਾਈ ਨਹੀਂ ਦਿੰਦੀਆਂ ਬਾਹਰ ਦੀ ਅੱਖ ਨਾਲ। ਕੋਈ ਮਨੁੱਖ ਤੁਹਾਨੂੰ ਇਹ ਪੁੱਛੇ ਗੁਰਦੁਆਰਾ ਸਾਹਿਬ ਜਾਂਦੇ ਹੋ ਤੁਹਾਨੂੰ ਕੀ ਮਿਲਦਾ, ਤੁਸੀਂ ਕਹੋਗੇ ਨਾ ਸ਼ਾਂਤੀ ਮਿਲਦੀ ਹੈ। ਹੁਣ ਦਿਖਾਓ ਸ਼ਾਂਤੀ ਕਿਹੋ ਜਿਹੀ ਹੁੰਦੀ ਹੈ, ਨਹੀਂ ਦਿਖਦੀ। ਤੁਸੀਂ ਕਹੋਗੇ ਜੀ ਗੁਰਦੁਆਰਾ ਸਾਹਿਬ ਜਾਂਦੇ ਹੈ ਮਨ ਆਨੰਦ ਨਾਲ ਭਰ ਜਾਂਦਾ, ਹੁਣ ਦੱਸੋ ਆਨੰਦ ਕਿਹੋ ਜਿਹਾ ਹੁੰਦਾ, ਨਹੀਂ ਪਤਾ ਲੱਗਦਾ। ਜਿਹਨੇ ਮਾਣਿਆ ਉਹਨੂੰ ਹੀ ਪਤਾ ਹੈ ਨਾ। ਤੁਸੀਂ ਆਹ ਸੁੱਖ ਮਾਣਦੇ ਹਾਂ ਆਪਾਂ, ਇਹ ਸਿਰਫ ਉਹਨੂੰ ਪਤਾ ਜੋ ਇੱਥੇ ਬੈਠਾ, ਬਾਹਰ ਦੇ ਕਿਸੇ ਨੂੰ ਨਹੀਂ ਪਤਾ। ਔਰ ਇਹ ਬਿਆਨ ਕਹਿਬੇ ਕੋ ਸ਼ੋਭਾ ਨਹੀਂ, ਇਹ ਤਾਂ ਜਿਹਨੇ ਮਾਣਿਆ ਉਹਨੂੰ ਪਤਾ, ਨਾ ਸਮਝਾਇਆ ਜਾ ਸਕਦਾ। ਇਹ ਤਾਂ ਗੁੰਗੇ ਦੇ ਮਠਿਆਈ ਖਾਣ ਵਾਲੀ ਗੱਲ ਹੈ ਵੀ ਖਾ ਤਾਂ ਲਈ ਹੈ, ਆਨੰਦ ਵੀ ਆ ਗਿਆ, ਖੁਦ ਨੂੰ ਪਤਾ, ਪਰ ਬਿਆਨ ਨਹੀਂ ਬਾਹਰ ਕੀਤਾ ਜਾ ਸਕਦਾ। ਜਿਹੜੇ ਰੱਬ ਦੇ ਘਰ ਵਿੱਚੋਂ ਸਬਰ ਮਿਲਦਾ, ਸ਼ੁਕਰਾਨਾ ਮਿਲਦਾ, ਆਨੰਦ ਮਿਲਦਾ, ਮਨ ਦੀ ਸ਼ਾਂਤੀ ਮਿਲਦੀ ਹੈ, ਇਹ ਮਾਣੀਆਂ ਹੋਈਆਂ ਜਿਨ੍ਹਾਂ ਨੇ ਮਾਣਿਆ ਹੈ ਨਾ, ਉਹਨਾਂ ਨੂੰ ਪਤਾ
ਬਾਹਰ ਦੀ ਅੱਖ ਨਾਲ ਇਹ ਨਾ ਦਿਖਦੀ ਹੈ ਅਤੇ ਨਾ ਕਿਸੇ ਨੂੰ ਦਿਖਾ ਸਕਦੇ ਹੈ। ਇਸ ਕਰਕੇ ਰੱਬ ਦੀਆਂ ਬਖਸ਼ਿਸ਼ਾਂ ਦੇ ਉੱਪਰ ਜਾਂ ਰੱਬ ਦੀ ਰਹਿਮਤ ਦੇ ਉੱਪਰ ਛੇਤੀ ਭਰੋਸਾ ਨਹੀਂ ਹੁੰਦਾ। ਗੁਰਮੁਖ ਪਾਤਸ਼ਾਹ ਕਹਿੰਦੇ ਗੁਣ ਗਾਵਤ, ਰੱਬ ਦੇ ਗੁਣ ਗਾਵਿਆਂ ਉੱਤਰ ਸਮੈਲ, ਤੇਰੀ ਉੱਤਰ ਸਮੈਲ, ਤੇਰੀ ਮੈਲ ਉੱਤਰ ਜਾਏਗੀ। ਬੰਦਾ ਕਹਿੰਦਾ ਲੱਗੀ ਨਹੀਂ ਮੈਨੂੰ ਤਾਂ, ਮੈਨੂੰ ਤਾਂ ਮੈਲ ਲੱਗੀ ਕੋਈ ਨਹੀਂ, ਕਿਉਂਕਿ ਬਾਹਰ ਦੇਖਦਾ ਅਤੇ ਬਾਹਰ ਤੋਂ ਤਾਂ ਸਾਫ਼ ਹੀ ਬਹੁਤ ਹੈ, ਦੋ ਦੋ ਵਾਰੀ ਘਰ 'ਚ ਵੀ ਪੋਚਾ ਲੱਗਦਾ। ਹੁਣ ਰੱਬ ਦੀਆਂ ਰਹਿਮਤਾਂ ਦੇਖਣ ਦੇ ਲਈ ਅੰਤਰ ਆਤਮੇ ਝਾਤ ਮਾਰਨੀ ਪਏਗੀ ਵੀ ਅੰਦਰ ਕੀ ਹੈ, ਅੰਦਰ ਕੀ ਹੈ ਮੇਰੇ। ਜਦੋਂ ਗੁਰਮੁਖੋ ਅੰਦਰ ਦੇਖਾਂਗੇ, ਦੇਖੋ ਨਾ ਜਦੋਂ ਜਦੋਂ ਸਰੀਰ ਦੇ ਵਿੱਚ ਕੁਛ ਨਾ ਕੁਛ ਇੱਦਾਂ ਸਮੱਸਿਆ ਹੁੰਦੀ ਹੈ, ਸਰੀਰ ਮੰਨ ਲਓ ਵੀ ਅਸੀਂ ਬੈਠੇ ਹਾਂ, ਸਾਨੂੰ ਗਰਮੀ ਆ ਰਹੀ ਹੈ, ਮੱਥੇ 'ਤੇ ਪਸੀਨਾ ਆ ਰਿਹਾ, ਅੱਖਾਂ ਲਾਲ ਹੋ ਰਹੀਆਂ ਨੇ ਜਾਂ ਹੱਥ ਪੈਰ ਕੰਬ ਰਹੇ ਨੇ, ਅਸੀਂ ਕਹਿੰਦੇ ਕੋਈ ਸਮੱਸਿਆ ਹੈ। ਇੱਦਾਂ ਹੁੰਦਾ ਜੀ, ਇੱਕ ਵਾਰੀ ਆਖੋ ਵਾਹਿਗੁਰੂ, ਇੱਦਾਂ ਹੁੰਦਾ ਨਾ ਜੀ, ਆਪਾਂ ਕਹਿੰਦੇ ਕੋਈ ਸਮੱਸਿਆ ਹੈ ਵੀ ਇੱਦਾਂ ਕਿਉਂ ਹੋ ਰਿਹਾ, ਵੀ ਏ ਸੀ ਚੱਲੀ ਜਾਂਦਾ, ਪਸੀਨਾ ਕਿਉਂ ਆ ਰਿਹਾ, ਹੱਥ ਕਿਉਂ ਕੰਬ ਰਹੇ ਹੈ, ਜ਼ਬਾਨ ਕਿਉਂ ਕੰਬ ਰਹੀ ਹੈ, ਕੋਈ ਸਮੱਸਿਆ ਹੈ। ਪਾਤਸ਼ਾਹ ਕਹਿੰਦੇ ਜੇ ਇਸ ਸਰੀਰ ਨਾਲ ਜਦੋਂ ਇਹ ਵਾਪਰਦਾ ਉਦੋਂ ਤੈਨੂੰ ਸਮਝ ਪੈ ਜਾਂਦੀ ਹੈ ਵੀ ਕੋਈ ਸਮੱਸਿਆ, ਜਦੋਂ ਤੇਰੀ ਆਤਮਾ ਨਾਲ ਇਹ ਵਾਪਰਦਾ, ਆਤਮਾ ਆਤਮਾ ਦੇ ਅੰਦਰ ਇੱਦਾਂ ਤ੍ਰਿਸ਼ਨਾ ਦੀ ਅੱਗ ਲੱਗਦੀ ਹੈ, ਜਦੋਂ ਤੇਰੀ ਆਤਮਾ ਥਾਂ ਥਾਂ ਉੱਤੇ ਡੋਲਦੀ ਹੈ, ਕੰਬਦੀ ਹੈ। ਪਾਤਸ਼ਾਹ ਕਹਿੰਦੇ ਫਿਰ ਇਹ ਵੀ ਸਮਝਣਾ ਵੀ ਆਤਮਾ ਨੂੰ ਵੀ ਕੋਈ ਸਮੱਸਿਆ ਹੈ, ਕੋਈ ਨਾ ਕੋਈ ਕਾਰਨ ਹੈ, ਇੱਦਾਂ ਕਿਉਂ ਹੋ ਰਿਹਾ ਹੈ। ਫਿਰ ਤੂੰ ਅੰਤਰ ਆਤਮੇ ਝਾਤੀ ਮਾਰੇਗਾ, ਅੰਦਰ ਦੇਖੇਗਾ, ਜਦੋਂ ਅੰਦਰ ਦੇਖੇਗਾ ਫਿਰ ਸਮਝ ਪੈਣੀ ਹੈ। ਜਨਮ ਜਨਮ ਕੀ ਇਸ ਮਨ ਕੋ, ਬੋਲੋ ਨਾ, ਜਨਮ ਜਨਮ ਕੀ ਇਸ ਮਨ ਕੋ, ਮਨ ਲੱਗ ਗਈ ਕਿੰਨੀ ਕੁ ਲੱਗੀ ਹੈ, ਕਾਲਾ ਹੋਆ ਸ਼ਾਹ ਹੋ, ਇੱਕ ਬਿਲਕੁਲ ਕੰਬਲੀ ਨਾ ਮਨ ਦੀ ਕਾਲੀ ਹੋ ਚੁੱਕੀ ਹੈ, ਖੰਨਲੀ ਧੋਤੀ ਉਜਲੀ ਨਾ ਹੋ ਬਈ। ਪਾਤਸ਼ਾਹ ਕਹਿੰਦੇ ਆਪਣੇ ਧੋਤਿਆਂ ਇਹ ਉਜਲੀ ਹੋਣੀ ਵੀ ਨਹੀਂ ਆ, ਇੰਨੀ ਮਿਲੀ ਹੈ, ਇੰਨੀ ਮਿਲੀ ਆ ਵੀ ਆਪਣੇ ਧੋਤਿਆਂ ਨਹੀਂ ਹੋਣੀ। ਔਰ ਸਭ ਤੋਂ ਜਿਹੜੀ ਵੱਡੀ ਮੈਲ ਹੈ ਨਾ ਗੁਰਮੁਖੋ, ਮਨੁੱਖੀ ਆਤਮਾ ਵਿੱਚ ਉਹ ਹਉਮੈ ਦੀ ਮੈਲ ਹੈ, ਹਉਮੈ ਦੀ ਮੈਲ ਸਭ ਤੋਂ ਵੱਡੀ ਹੈ। ਜੋ ਕੁਛ ਇਸ ਮਨੁੱਖ ਨੇ ਇਹ ਕਹਿ ਲਓ ਵੀ ਬਾਹਰ ਦੇ ਯਤਨਾਂ ਨਾਲ ਪ੍ਰਾਪਤ ਕੀਤਾ, ਉਹਦਾ ਹੰਕਾਰ ਤਾਂ ਹੋਣਾ ਹੀ ਹੋਣਾ। ਜਿਹੜਾ ਇਹਨੂੰ ਦਾਤਾਂ ਰੱਬ ਦੇ ਘਰੋਂ ਮਿਲੀਆਂ ਉਹਦਾ ਵੀ ਹੰਕਾਰ ਹੋ ਜਾਂਦਾ। ਸਰੀਰ ਰੱਬ ਦੇ ਘਰੋਂ ਮਿਲਿਆ, ਬੰਦੇ ਨੂੰ ਹੰਕਾਰ ਹੁੰਦਾ ਕਿ ਨਹੀਂ ਹੁੰਦਾ? ਸਰੀਰ ਦਾ ਵੀ ਹੰਕਾਰ, ਤਾਕਤ ਬਹੁਤ ਹੈ, ਸੁਹੱਪਣ ਬਹੁਤ ਹੈ, ਹੰਕਾਰ ਹੈ, ਰੰਗ ਰੂਪ ਹੈ, ਰੱਬ ਦੇ ਘਰੋਂ ਮਿਲਿਆ ਇਹਦਾ ਵੀ ਹੰਕਾਰ ਹੈ, ਬੁੱਧੀ ਹੈ ਰੱਬ ਦੇ ਘਰੋਂ ਮਿਲੀ ਹੈ, ਕਿਤੋਂ ਲੈ ਕੇ ਥੋੜ੍ਹਾ ਆਏ ਹਾਂ ਕਿਤੇ, ਇਹਦਾ ਵੀ ਹੰਕਾਰ ਹੈ।
ਘੱਟੋ ਘੱਟ ਇੱਦਾਂ ਤਾਂ ਹੋਵੇ ਨਾ ਵੀ ਜੋ ਰੱਬ ਦੇ ਘਰੋਂ ਮਿਲਿਆ ਉਹਦਾ ਤਾਂ ਬੰਦਾ ਹੰਕਾਰ ਨਾ ਕਰੇ, ਉਹਦਾ ਵੀ ਕਰੀ ਜਾਂਦਾ। ਤੂੰ ਪਾਤਸ਼ਾਹ ਕਹਿੰਦੇ ਮਨ ਮੈਲਾ ਤੇਰਾ, ਝਾਤੀ ਬਾਹਰ ਮਾਰਨ ਦੀ ਲੋੜ ਨਹੀਂ ਹੈ। ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਬਾਹਰ ਲੱਭੇਗਾ ਨਾ ਦੁੱਖ ਮਿਲਣਾ ਹੈ ਤੈਨੂੰ ਅੰਤਰ ਆਤਮੇ। ਝਾਤੀ ਮਾਰ ਅਤੇ ਜਦੋਂ ਅੰਦਰ ਦੀ ਮੈਲ ਦਿਖੇਗੀ ਨਾ ਫਿਰ ਇਸ ਨੂੰ ਸਾਫ਼ ਕਰਨ ਵਾਲੇ ਪਾਸੇ। ਜਦ ਤੱਕ ਗੁਰਮੁਖੋਂ ਮੈਲ ਨਹੀਂ ਦਿਖਦੀ ਸਾਫ਼ ਕਰਨ ਵਾਲੇ ਪਾਸੇ ਨਹੀਂ ਤੁਰਦਾ ਬੰਦਾ। ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਪਹਿਲਾਂ ਗੁਰੂ ਕੋਲ ਜਾ, ਗੁਰੂ ਨੇ ਤੈਨੂੰ ਚਾਨਣ ਦੇਣਾ, ਉਸ ਚਾਨਣ ਨੇ ਤੇਰਾ ਅੰਦਰ ਦਿਖਾ ਦੇਣਾ। ਚਾਨਣ ਤੋਂ ਬਿਨਾਂ ਮੈਲ ਨਹੀਂ ਦਿਖਦੀ ਹੁੰਦੀ। ਘਰ 'ਚ ਕਿੰਨੀ ਕੁ ਮੈਲ ਹੈ, ਚਾਨਣ ਚਾਹੀਦਾ ਨਾ। ਘਰ 'ਚ ਖਲਾਰਾ ਕਿੰਨਾ ਕੁ ਪਿਆ, ਚਾਨਣ ਚਾਹੀਦਾ ਨਾ। ਮਨ 'ਚ ਕਿੰਨਾ ਕੁ ਖਲਾਰਾ ਪਿਆ, ਗੁਰੂ ਦੀ ਬਾਣੀ ਚਾਨਣ ਚਾਹੀਦਾ। ਦੇਖੋ ਇੱਕ ਇੱਕ ਸਾਖੀ ਤੁਸੀਂ ਸਾਰੇ ਸਮਝਦੇ ਹੋ, ਸਾਖੀ ਨਹੀਂ ਆਪਾਂ ਲੈਣੀ। ਸੱਜਣ ਠੱਗ ਦੇ ਕੋਲ ਗੁਰੂ ਨਾਨਕ ਸਾਹਿਬ ਗਏ, ਤੁਹਾਨੂੰ ਸਾਖੀ ਸਾਰਿਆਂ ਨੂੰ ਪਤਾ ਉਹ ਕੀ ਕਰਦਾ ਸੀ, ਠੱਗੀਆਂ ਕਰਦਾ ਸੀ, ਬੇਈਮਾਨੀਆਂ ਕਰਦਾ ਸੀ। ਜਦੋਂ ਬਾਹਰ ਦੇਖਦਾ ਸੀ ਨਾ ਤੇ ਆਪਣੇ ਆਪ ਨੂੰ ਭਗਤ ਸਮਝਦਾ ਸੀ, ਕਿਉਂਕਿ ਬਾਹਰ ਦੇ ਲੋਕ ਭਗਤ ਕਹਿੰਦੇ ਸੀ ਉਹਨੂੰ। ਧਰਮਸ਼ਾਲਾ ਉਹਨੇ ਬਣਾਈ ਹੈ, ਰਹਿਣ ਨੂੰ ਥਾਂ ਉਹ ਦਿੰਦਾ, ਆਉਂਦੇ ਜਾਂਦੇ ਨੂੰ ਲੰਗਰ ਪਾਣੀ ਉਹ ਛਕਾਉਂਦਾ, ਗਲ ਵਿੱਚ ਮਾਲਾ ਪਾ ਕੇ ਰੱਖੀ ਹੋਈ ਹੈ, ਚੰਗਾ ਸੱਜਣ ਨਾਮ ਰੱਖਿਆ ਹੋਇਆ, ਲੋਕ ਸ਼ੋਭਾ ਵੀ ਕਰਦੇ ਆ। ਤਾਂ ਇਹੀ ਤਾਂ ਹੁੰਦੀਆਂ ਰੱਬ ਦੇ ਭਗਤ ਦੀ ਬਾਹਰੀ ਨਿਸ਼ਾਨੀ। ਪਰ ਇਹ ਤਾਂ ਗੁਰੂ ਨਾਨਕ ਸਾਹਿਬ ਨੇ ਚਾਨਣ ਬਖਸ਼ਿਆ ਉਹਨੂੰ। ਜਦੋਂ ਗੁਰਬਾਣੀ ਗਾਈ ਤੇ ਗੁਰਬਾਣੀ ਇਸ ਜੱਗ ਮੈਂ ਚਾਨਣ, ਜਦੋਂ ਗੁਰਬਾਣੀ ਅੰਤਰ ਅੰਦਰ ਪਹੁੰਚੀ ਇੱਦਾਂ ਤੇ ਫਿਰ ਅੰਦਰ ਝਾਤ ਪਈ ਵੀ ਹੈ, ਅੰਦਰ ਤਾਂ ਪਾਪਾਂ ਦੀ ਮੈਲ ਭਰੀ ਹੋਈ ਹੈ। ਜਦ ਤੱਕ ਗੁਰੂ ਨਾਨਕ ਸਾਹਿਬ ਦੀ ਬਾਣੀ ਨਹੀਂ ਨਾ ਅੰਦਰ ਪਹੁੰਚੀ ਉਦੋਂ ਤੱਕ ਆਪਣੇ ਆਪ ਨੂੰ ਸਾਫ਼ ਹੀ ਮੰਨ ਰਿਹਾ ਸੀ। ਚਾਨਣ ਨਹੀਂ ਹੈ ਤੇ ਸਫਾਈ ਹੈ, ਬੰਦੇ ਨੂੰ ਭੁਲੇਖਾ ਹੀ ਹੈ ਕਿੰਨਾ ਸਾਫ਼ ਹੈ, ਇਹ ਚਾਨਣ ਹੋਣ ਤੋਂ ਬਾਅਦ ਪਤਾ ਲੱਗਣਾ ਹੈ ਖਲਾਰਾ ਹੈ ਜਾਂ ਨਹੀਂ ਹੈ। ਇਸ ਕਰਕੇ ਮੈਂ ਕੈਸਾ ਹਾਂ, ਮੈਂ ਕਿਹੋ ਜਿਹਾ ਹਾਂ, ਇਹ ਪਤਾ ਕਰਨ ਦੇ ਲਈ ਵੀ ਗੁਰਮੁਖੋ ਗੁਰੂ ਕੋਲ ਬੈਠਣਾ ਪੈਣਾ। ਮੈਂ ਚੰਗਾ ਹਾਂ ਜਾਂ ਮਾੜਾ ਹਾਂ ਇਹ ਪਤਾ ਕਰਨ ਦੇ ਲਈ ਵੀ ਗੁਰੂ ਕੋਲ ਬੈਠਣਾ ਪੈਣਾ। ਆਪਣੇ ਆਪ ਬੰਦੇ ਨੂੰ ਨਹੀਂ ਸਮਝ ਪੈਂਦੀ ਮੈਂ ਕੈਸਾ ਹਾਂ, ਗੁਰੂ ਕੋਲ ਬੈਠ। ਪਾਤਸ਼ਾਹ ਕਹਿੰਦੇ ਗੁਰੂ ਕੋਲ ਬੈਠੇਗਾ, ਗੁਰੂ ਨੇ ਤੇਰੇ ਅੰਦਰ ਦੀ ਮੈਲ ਦਿਖਾ ਦੇਣੀ ਹੈ, ਪਤਾ ਲੱਗਿਆ ਵੀ ਮੇਰੇ ਅੰਦਰ ਮੈਲ ਹੈ। ਔਰ ਇਹ ਰੋਜ਼ਾਨਾ ਪੈਂਦੀ ਹੈ। ਇੱਕ ਹੋਰ ਬੇਨਤੀ ਸਮਝੋ, ਜਿਹੜੀ ਗੁਰਮੁਖੋ ਮਨ ਦੀ ਮੈਲ ਹੈ ਨਾ ਇਹ ਵੀ ਜਿਵੇਂ ਬਾਹਰੀ ਮੈਲ, ਘਰ 'ਚ ਰੋਜ਼ਾਨਾ ਧੂੜ ਮਿੱਟੀ ਆਉਂਦੀ ਹੈ, ਇਹ ਧੂੜ ਮਿੱਟੀ ਮਨ ਵਿੱਚ ਵੀ ਰੋਜ਼ਾਨਾ ਜਾਂਦੀ ਹੈ, ਕੰਨਾਂ ਦੇ ਰਾਹੀਂ ਜਾਂਦੀ ਹੈ, ਅੱਖਾਂ ਦੇ ਰਾਹੀਂ ਜਾਂਦੀ ਹੈ। ਅੱਖਾਂ ਨਾਲ ਦੇਖਦੇ ਹਾਂ ਸੰਸਾਰ ਦੇ ਵਿੱਚ, ਕਿਤੇ ਨਾ ਕਿਤੇ ਤਾਂ ਮਨ ਡੋਲਦਾ ਹੀ ਹੈ ਨਾ। ਗੱਲ ਮੁਕਾਓ, ਕਿਸੇ ਦੇ ਘਰ ਦੇ ਮੂਹਰ ਦੀ ਲੰਘਦੇ ਹੋਈਏ ਨਾ ਤਾਂ ਵੀ ਕਹਿੰਦਾ ਹਾਏ ਇਹੋ ਜਿਹਾ ਮੇਰਾ ਹੋਣਾ ਚਾਹੀਦਾ ਸੀ। ਲੈ ਲਾਲਚ ਜਾਗਿਆ ਹੀ ਹੈ ਨਾ, ਤ੍ਰਿਸ਼ਨਾ ਜਾਗ ਗਈ ਹੈ ਨਾ, ਹੋਣਾ ਚਾਹੀਦਾ ਸੀ। ਧੰਨ ਭਾਗ ਰੱਬਾ ਤੂੰ ਆਪਣੇ ਜੀਵਾਂ ਨੂੰ ਸੁੱਖ ਸਾਧਨ ਦਿੱਤੇ ਹੈ।
ਇੱਦਾਂ, ਪਰ ਇੱਦਾਂ ਨਹੀਂ ਕਰਦਾ ਬੰਦਾ। ਤਾਂ ਅੱਖਾਂ ਰਾਹੀਂ ਵੀ ਮਿਲ ਜਾਂਦੀ ਹੈ, ਕਿਸੇ ਨੂੰ ਦੇਖਦੇ ਹਾਂ, ਕੰਨਾਂ ਰਾਹੀਂ ਮਿਲ ਜਾਂਦੀ ਹੈ ਇੱਦਾਂ। ਤਾਂ ਪਾਤਸ਼ਾਹ ਕਹਿੰਦੇ ਤਾਂ ਰੋਜ਼ਾਨਾ ਜਾ ਰਹੀ ਔਰ ਵੱਧਦੀ ਜਾਂਦੀ ਹੈ, ਇਹ ਸਾਫ਼ ਕਿਵੇਂ ਹੋਵੇਗੀ? ਇੱਕੋ ਹੀ ਤਰੀਕਾ ਹੈ, ਦੂਜਾ ਤਰੀਕਾ ਹੀ ਕੋਈ ਨਹੀਂ। ਕਿਹੜਾ ਤਰੀਕਾ ਹੈ? ਗੁਣ ਗਾਵਤ ਤੇਰੀ ਉੱਤਰ ਸਮੈਲ, ਰੱਬ ਦੇ ਗੁਣ ਗਾਇਆ ਹੀ ਇਹ ਮੈਲ ਉੱਤਰਦੀ ਹੈ। ਇੱਕ ਮੈਲ ਨਹੀਂ ਉੱਤਰਦੀ, ਫਿਰ ਅਗਲਾ ਕੀ ਬਚਨ ਹੈ? ਬਿਨਸ ਜਾਏ ਖਤਮ ਹੋ ਜਾਏਗੀ, ਹਉ ਮੈਂ ਬਿਖ ਫੈਲ, ਬਿਖ ਦਾ ਅਰਥ ਹੈ ਜ਼ਹਿਰ, ਫੈਲ ਦਾ ਅਰਥ ਹੈ ਫੈਲਿਆ ਹੋਇਆ ਹੈ। ਜਿਹੜੀ ਜਹੋਮੇ ਦਾ ਜ਼ਹਿਰ ਤੇਰੇ ਅੰਦਰ ਫੈਲਿਆ ਹੋਇਆ ਹੈ ਉਹ ਵੀ ਬਿਣਸ ਜਾਏਗਾ ਭਾਈ, ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ। ਹੋ ਹੈ ਅਚਿੰਤ, ਚਿੰਤਾ ਤੋਂ ਰਹਿਤ ਹੋਵੇਗਾ ਫਿਰ, ਬਸੈ ਸੁੱਖ ਨਾਲ, ਫਿਰ ਸੁੱਖਾਂ ਦੇ ਨਾਲ ਵਸੇਗਾ। ਹਰ ਬੰਦਾ ਚਾਹੁੰਦਾ ਹੈ ਮੈਂ ਸੁੱਖਾਂ ਦੇ ਵਿੱਚ ਹੋਵਾਂ, ਸੁੱਖ ਲੱਭਦਾ ਬਾਹਰੋਂ ਹੈ ਨਹੀਂ। ਸੁੱਖ ਦਾ ਸੰਬੰਧ ਨਾ ਗੁਰਮੁਖੋ ਇਹ ਕਹਿ ਲਓ ਵੀ ਬਾਹਰ ਦੇ ਪਦਾਰਥਾਂ ਨਾਲ ਹੈ ਹੀ ਨਹੀਂ ਹੈ। ਠੀਕ ਹੈ, ਸਾਨੂੰ ਇਹ ਭੁਲੇਖਾ ਹੈ ਬੰਦੇ ਨੂੰ ਜ਼ਰੂਰ। ਕਪੂਰ ਜੀ ਲਿਖਦੇ ਨੇ, ਉਹ ਕਹਿੰਦੇ ਅਮੀਰ ਹੋਣ ਦਾ ਇੱਕ ਫਾਇਦਾ ਹੈ ਬਾਹਰੀ ਤੌਰ 'ਤੇ, ਬਾਹਰੀ ਤੌਰ ਦੇ ਉੱਤੇ ਅਮੀਰ ਹੋਣ ਦਾ ਇੱਕ ਫਾਇਦਾ ਤਾਂ ਹੈ। ਪੁੱਛਿਆ ਕੀ? ਕਹਿਣ ਲੱਗੇ ਧਨਵਾਨ ਅਮੀਰ ਬੰਦੇ ਦਾ ਇਹ ਭੁਲੇਖਾ ਮਿੱਟ ਜਾਂਦਾ ਹੈ ਵੀ ਪੈਸੇ ਨਾਲ ਸੁੱਖ ਹੈ, ਗਰੀਬ ਦੇ ਨਹੀਂ ਮਿੱਟਦਾ, ਉਹ ਲੱਗਾ ਹੀ ਰਹਿੰਦਾ ਸਾਰੀ ਜ਼ਿੰਦਗੀ। ਥੋੜ੍ਹਾ ਅਮੀਰ ਦੇ ਇਹ ਤਾਂ ਮਿੱਟ ਜਾਂਦਾ ਵੀ ਹਾਂ, ਗਰੀਬ ਦੇ ਨਹੀਂ ਮਿੱਟਦਾ, ਉਹ ਤਾਂ ਭੱਜਿਆ ਹੀ ਰਹਿੰਦਾ ਵੀ ਹੋਰ ਕਮਾਲਾ ਹੋ ਸਕਦਾ, ਹੋਰ ਮਿਲ ਜੇ ਵੀ। ਜਿਹਨਾਂ ਕੋਲ ਹੋਰ ਹੈ ਪਹਿਲਾਂ ਪੁੱਛ ਕੇ ਦੇਖ ਉਹਨਾਂ ਨੂੰ, ਖੁਦ ਕੋਲ ਕੋਈ ਚੀਜ਼ ਨਾ ਹੋਵੇ ਪਰ ਕੋ ਪੁੱਛ ਹੀ ਲੈਂਦੇ ਨਾ ਵੀ ਤੇਰੇ ਕੋਲ ਹੈ, ਕੋਈ ਫਾਇਦਾ ਹੋਇਆ ਤੈਨੂੰ? ਠੀਕ ਹੈ, ਚਾਰ ਆਨੇ ਖੁਦ ਕੋਲ ਘੱਟ ਨੇ, ਜਿਹਦੇ ਕੋਲ ਹੈ ਨੇ ਉਹਨੂੰ ਪੁੱਛ ਲਓ ਵੀ ਤੈਨੂੰ ਆਈ ਸ਼ਾਂਤੀ? ਇੱਦਾਂ ਹੀ ਹੁੰਦਾ, ਪੈਸਾ ਤਾਂ ਵੱਧ ਘੱਟ ਹੀ ਹੈ, ਕਿਸੇ ਕੋਲ ਵੱਧ ਕਿਸੇ ਕੋਲ ਘੱਟ ਹੈ। ਜਿਹਦੇ ਕੋਲ ਵੱਧ ਤੁਹਾਨੂੰ ਲੱਗਦਾ ਨਾ ਵੀ ਆਹ ਅਮੀਰ ਹੈ ਬੰਦਾ, ਉਹਨੂੰ ਇੱਕ ਵਾਰੀ ਪੁੱਛ ਲਓ ਵੀ ਭਾਈ ਮੈਂ ਨਾ ਪੈਸੇ ਪਿੱਛੇ ਭੱਜਦਾ ਸਾਰਾ ਦਿਨ, ਅਤੇ ਤੇਰੇ ਕੋਲ ਹੈ ਬਹੁਤ ਪਹਿਲਾਂ, ਅਤੇ ਤੂੰ ਮੈਨੂੰ ਦੱਸ ਵੀ ਤੈਨੂੰ ਸੁੱਖ ਮਿਲਿਆ, ਕੋਈ ਮਨ ਸ਼ਾਂਤ ਹੋਇਆ? ਉਹਨੇ ਕਹਿਣਾ ਨਹੀਂ, ਪੱਕੀ ਗੱਲ ਉਹਨੇ ਕਹਿ ਦੇਣਾ ਇੱਦਾਂ, ਜੀ ਇਮਾਨਦਾਰ ਹੋਇਆ ਵੀ ਭੁਲੇਖਾ ਜਿਹਾ ਮਿੱਟ ਗਿਆ ਭਾਈ, ਬਸ ਭੁਲੇਖਾ ਹੀ ਹੈ ਗੁਰਮੁਖ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਅਚਿੰਤ ਕਿਵੇਂ ਹੋਏਗਾ, ਚਿੰਤਾ ਤੋਂ ਰਹਿਤ ਕਿਵੇਂ ਹੋਏਗਾ? ਜਦੋਂ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਏਗਾ। ਹੋ ਹੋ ਅਚਿੰਤ ਬਸੈ ਸੁੱਖ ਨਾਲ, ਸੁੱਖਾਂ ਦੇ ਨਾਲ ਵਸੇਗਾ, ਤੇਰਾ ਵਾਸਾ ਦੁੱਖਾਂ ਦੇ ਵਿੱਚ ਨਹੀਂ ਹੋਏਗਾ, ਤੇਰਾ ਵਾਸਾ ਸੁੱਖਾਂ, ਤੇਰੇ ਆਸੇ ਪਾਸੇ ਸੁੱਖ ਹੋਣਗੇ। ਤਾਂ ਹਜੇ ਤੱਕ ਤੇਰੇ ਆਸੇ ਪਾਸੇ ਦੁੱਖ ਹੈ, ਇੱਥੇ ਜੇ ਚਿੰਤਾ ਬੈਠੀ ਹੈ, ਇੱਥੇ ਜੇ ਹਉਮੈ ਬੈਠੀ ਹੈ, ਇੱਧਰ ਹੰਕਾਰ ਬੈਠਾ ਹੈ, ਇੱਧਰ ਤ੍ਰਿਸ਼ਨਾ ਬੈਠੀ ਹੈ, ਵਿਚਕਾਰ ਤੂੰ ਬੈਠਾ ਹੈ ਇੱਦਾਂ, ਅਤੇ ਜਦੋਂ ਰੱਬ ਦੇ ਗੁਣ ਗਾਏਗਾ ਫਿਰ ਇੱਧਰ ਆਨੰਦ ਬੈਠਾ ਹੋਵੇਗਾ, ਸੁੱਖ ਬੈਠਾ ਹੋਵੇਗਾ, ਸਬਰ ਬੈਠਾ ਹੋਵੇਗਾ, ਸੰਤੋਖ ਬੈਠਾ ਹੋਵੇਗਾ, ਸ਼ੁਕਰਾਨਾ ਬੈਠਾ ਹੋਵੇਗਾ, ਅਚਿੰਤ ਹੋਵੇਗਾ। ਫਿਰ ਤੇਰੇ ਸਾਥੀ ਬਦਲ ਜਾਣਗੇ, ਤੇਰੇ ਮਿੱਤਰ ਬਦਲ ਜਾਣਗੇ,
ਲੋਭ ਮੋਹ ਹੰਕਾਰ ਦੀ ਥਾਂ ਉੱਤੇ ਸਬਰ ਸ਼ੁਕਰਾਨਾ ਇਹ ਤੇਰੇ ਮਿੱਤਰ ਹੋ ਜਾਣਗੇ ਜਦੋਂ ਉਹਦੇ ਗੁਣਾਂ ਨੂੰ ਗਾਏਗਾ। ਹੋ ਹੋ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ, ਇਹਦੇ ਲਈ ਕਰਨਾ ਕੀ ਪਏਗਾ? ਸਾਸ ਗਰਾਸ ਹਰ ਨਾਮ ਸੰਭਾਲ, ਹਰੀ ਦੇ ਨਾਮ ਨੂੰ ਸਵਾਸਾਂ ਅਤੇ ਗਰਾਸਾਂ ਨਾਲ ਸੰਭਾਲਣਾ ਪਏਗਾ। ਭਾਵ ਕਿ ਸਵਾਸ ਸਵਾਸ ਵੀ ਜਪਣਾ ਹੈ ਅਤੇ ਗਰਾਸ ਦਾ ਅਰਥ ਹੈ ਮੂੰਹ 'ਚ ਗਰਾਸ ਗਰਾਹੀ ਵੀ ਪਾਵੇਂ ਤਾਂ ਵੀ ਜਪੇ। ਕਈ ਕਈ ਵਾਰ ਇੱਕ ਇੱਕ ਬੇਨਤੀ ਹੋਰ ਸਮਝੋ, ਜਦੋਂ ਤੁਸੀਂ ਜਿੰਨੇ ਬੈਠੇ ਹੋ ਤੁਹਾਡੇ, ਤੁਸੀਂ ਕਦੇ ਨਾ ਕਦੇ ਸਾਲ 'ਚ ਇੱਕ ਵਾਰ ਤਾਂ ਗੁਰਦੁਆਰੇ ਸਮਾਗਮ ਕੋਈ ਨਾ ਕੋਈ ਕਰਵਾਉਣੇ ਹੋ, ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਉਣੇ ਹੋ, ਕਿਤੇ ਨਾ ਕਿਤੇ ਅਖੰਡ ਪਾਠ ਸਾਹਿਬ ਕਰਵਾ। ਅੱਛਾ, ਜਦੋਂ ਅਸੀਂ ਲੰਗਰ ਬਣਾਉਂਦੇ ਹਾਂ ਗੁਰੂ ਦਾ, ਉਦੋਂ ਕਹਿੰਦੇ ਹਾਂ ਨਾ ਪਹਿਲਾਂ ਭਾਈ ਸਾਹਿਬ ਅਰਦਾਸ ਕਰਾਂਗੇ ਜੀ ਲੰਗਰ ਬਣਿਆ ਗੁਰੂ ਦਾ। ਇੱਦਾਂ ਕਰਦੇ ਹਾਂ ਜੀ ਆਪਾਂ ਸਾਰੇ, ਜਦੋਂ ਘਰ 'ਚ ਅਖੰਡ ਪਾਠ ਕਰਾਈਏ ਜਾਂ ਗੁਰਦੁਆਰਾ ਸਾਹਿਬ ਕਰਵਾਈਏ, ਸੁਖਮਨੀ ਸਾਹਿਬ ਕਰਵਾਈਏ, ਜਾਂ ਬੱਚਿਆਂ ਦੀ ਖੁਸ਼ੀ ਕਿੱਦਾਂ ਦਾ ਵੀ ਕੋਈ ਜੈ ਕੰਮ ਮੁਕਾਓ, ਵੀ ਗੁਰੂ ਸਾਹਿਬ ਦਾ ਆਸਰਾ ਲਈਏ ਅਤੇ ਲੰਗਰ ਬਣਾਉਣੇ ਆਪਾਂ, ਫਿਰ ਆਪਾਂ ਉਹਨੂੰ ਅੱਗੇ ਜਾ ਕੇ ਇੱਦਾਂ ਆਪਾਂ ਕਹਿੰਦੇ ਜੀ ਭੋਗ ਲਵਾ ਲਓ ਸ਼ਬਦ ਆਪਾਂ ਇੱਦਾਂ ਹੀ ਵਰਤਦੇ ਹੁੰਦੇ ਹਾਂ, ਪ੍ਰਵਾਨ ਕਰਾ ਲਓ ਇੱਦਾਂ। ਅੱਛਾ, ਕੀ ਰੋਜ਼ਾਨਾ ਇੱਦਾਂ ਕਰਦੇ ਆ? ਨਹੀਂ ਕਰਦੇ ਨਾ, ਰੋਜ਼ਾਨਾ ਕਿਉਂ ਨਹੀਂ ਕਰਦੇ? ਸ਼ੁਕਰਾਨਾ ਤਾਂ ਰੋਜ਼ਾਨਾ ਕਰਨਾ ਚਾਹੀਦਾ, ਉਹਦਾ ਕਾਰਨ ਹੈ ਅਸੀਂ ਇਹ ਸਮਝਦੇ ਅਸੀਂ। ਅੱਛਾ, ਜਿਸ ਦਿਨ ਲੰਗਰ ਲਾਉਣੇ ਉਸ ਦਿਨ ਕੋਈ ਪ੍ਰਵਾਨ ਕਰਾਉਣੇ ਆ ਵੀ ਗੁਰੂ ਦਾ ਬਖਸ਼ੇ ਧੰਨਵਾਦ ਕਰ ਦਈਏ, ਇੱਦਾਂ ਹੀ ਹੁੰਦਾ ਹੈ ਵੀ ਗੁਰੂ ਪਾਤਸ਼ਾਹ ਸ਼ੁਕਰਾਨਾ ਹੈ ਤੇਰਾ, ਇਹ ਪ੍ਰਵਾਨ ਕਰੋ। ਅਤੇ ਗੁਰਮੁਖੋ ਸ਼ੁਕਰਾਨਾ ਤਾਂ ਰੋਜ਼ਾਨਾ ਹੀ ਚਾਹੀਦਾ, ਸਿੱਖ ਤਾਂ ਜਦੋਂ ਰੋਜ਼ਾਨਾ ਹੀ ਨਾ, ਰੋਜ਼ਾਨਾ ਹੀ ਭੋਜਨ ਛਕੇ ਸ਼ਾਮ ਦੇ ਵੇਲੇ ਸਵੇਰ ਦੇ ਵੇਲੇ, ਉਦੋਂ ਹੀ ਅਰਦਾਸ ਕਰਕੇ ਸ਼ੁਕਰਾਨਾ ਕਰਕੇ ਫਿਰ ਹੀ ਛਕੇ। ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ, ਇਹ ਰੋਜ਼ਾਨਾ ਕਹਿਣਾ ਹੈ, ਰੋਜ਼ਾਨਾ ਹੀ ਕਰੋ ਭੋਜਨ ਖਾਣ ਵੇਲੇ, ਰੋਜ਼ਾਨਾ ਹੀ ਇਹ ਕਹੋ ਵੀ ਤੇਰਾ ਦਿੱਤਾ ਖਾਵਣਾ ਪਾਤਸ਼ਾਹ ਪ੍ਰਵਾਨ ਕਰ। ਇੱਦਾਂ ਇੱਕ ਦਿਨ ਨਹੀਂ, ਸ਼ੁਕਰਾਨਾ ਰੋਜ਼ਾਨਾ ਆਉਣਾ ਚਾਹੀਦਾ, ਰੋਜ਼ਾਨਾ ਹੀ ਖਾਣ ਵੇਲੇ ਅਰਦਾਸ ਕਰੀਏ, ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰੱਖ ਮਨ ਮਾਹੇ। ਤੂੰ ਪਾਤਸ਼ਾਹ ਕਹਿੰਦੇ ਸਾਸ ਗਰਾਸ ਹਰ ਨਾਮ ਸੰਭਾਲ, ਭਾਈ ਸਵਾਸ ਸਵਾਸ ਵੀ ਅਤੇ ਖਾਂਦਿਆਂ ਪੀਂਦਿਆਂ ਵੀ ਉਸ ਹਰੀ ਦਾ ਨਾਮ ਸੰਭਾਲ। ਸ਼ਾਡ ਸਿਆਣਪ ਸਗਲੀ ਮਨਾ, ਇਹਨੂੰ ਸ਼ਾਡ ਸਿਆਣਪ ਸਗਲੀ ਵਿਸ਼ਰਾਮ ਮਨਾ, ਹੇ ਮਨਾ ਸਾਰੀਆਂ ਹੀ ਸਿਆਣਪਾਂ ਛੱਡ ਦੇ, ਇੱਕ ਦੋ ਨਹੀਂ ਸਾਰੀਆਂ ਹੀ ਛੱਡ, ਭਾਵ ਕਿ ਸਾਰੀ ਚਤੁਰਾਈ ਛੱਡ। ਸਾਰੀ ਸਿਆਣਪ ਦਾ ਕੀ ਅਰਥ? ਸਾਰੀ ਚਤੁਰਾਈ ਛੱਡ, ਉਹ ਚਤੁਰਾਈ ਭਾਵੇਂ ਤੂੰ ਧਰਮ ਦੇ ਕਰਮਾਂ 'ਚ ਕਰਦਾ, ਭਾਵੇਂ ਧੰਦੇ ਦੇ ਧਰਮ ਕੰਮਾਂ 'ਚ ਕਰਦਾ, ਚਤੁਰਾਈ ਛੱਡ ਦੇ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਹ ਗੱਲ ਬੰਦਿਆ ਯਾਦ ਰੱਖੀ ਕਿ ਚਤੁਰਾਈ ਚਤੁਰਾਈ ਨਾ ਚਤਰ ਭੁੱਜ ਪਾਈ ਹੈ, ਚਤੁਰਾਈ ਸਿਆਣਪਾਂ ਦੇ ਨਾਲ ਰੱਬ ਨਹੀਂ ਮਿਲਦਾ। ਆਪਾਂ ਗੁਰਮੁਖ ਸੌਖਾ ਦਾ ਸ਼ਬਦ ਲਾ ਲਓ,
ਜਿਹੜਾ ਬੱਚਾ ਮਾਂ ਪਿਓ ਨਾਲ ਚਲਾਕੀਆਂ ਕਰਦਾ ਹੋਵੇ ਮਾਂ ਪਿਓ ਖੁਸ਼ ਹੁੰਦਾ ਉਹਦੇ 'ਤੇ? ਇਹ ਤਾਂ ਸਾਡੇ ਘਰ ਦੀ ਸਿੰਪਲ ਗੱਲ ਹੀ ਹੈ। ਜਿਹੜਾ ਬੱਚਾ ਜਿੱਦਾਂ ਦਾ ਹੋਵੇ ਸਾਨੂੰ ਉਦਾਂ ਦੱਸਦੇ ਆ ਕੇ, ਆਪਾਂ ਕਹਿੰਦੇ ਹਾਂ ਵੀ ਬੱਚੇ ਨੇ ਗਲਤ ਕੀਤਾ, ਘਰ ਇੱਕ ਦੱਸਦਾ ਵੀ ਮੰਮੀ ਅੱਜ ਨਾ ਮੈਥੋਂ ਆਹ ਗਲਤੀ ਹੋ ਗਈ, ਆਪਾਂ ਖੁਸ਼ ਹੋ ਜਾਂਦੇ ਨਾ ਬੱਚੇ 'ਤੇ ਵੀ ਕਿੱਡਾ ਬੱਚਾ ਭੋਲਾ ਦੱਸ ਦਿੰਦਾ ਸਾਨੂੰ ਆ ਕੇ। ਇੱਦਾਂ ਹੀ ਆ ਗੁਰਮੁਖੋ, ਜੇ ਚਲਾਕ ਬੱਚੇ ਉੱਤੇ ਅਸੀਂ ਨਹੀਂ ਖੁਸ਼ ਹੁੰਦੇ ਤਾਂ ਰੱਬ ਕਿਵੇਂ ਖੁਸ਼ ਹੋ ਚਲਾਕ ਬੰਦੇ 'ਤੇ? ਸਾਨੂੰ ਵੀ ਤਾਂ ਭੋਲੇ ਬੱਚੇ ਚੰਗੇ ਲੱਗਦੇ ਆ ਵੀ ਜਿੱਦਾਂ ਦਾ ਹੈ ਦੱਸ ਤਾਏ ਨਹੀਂ ਆ ਕੇ। ਕਈ ਵਾਰ ਇੱਦਾਂ ਹੁੰਦਾ ਵੀ ਭੋਲੇ ਬੱਚੇ ਦੀਆਂ ਗਲਤੀਆਂ ਵੀ ਮਾਫ਼ ਕਰ ਦਿੰਦੇ ਹਾਂ ਵੀ ਠੀਕ ਹੈ ਬੱਚਾ ਹੋ ਗਈ ਪਰ ਇਹਨੇ ਦੱਸ ਤਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਨੂੰ ਇਹੀ ਸਮਝਾਉਂਦੇ ਨੇ ਵੀ ਠੀਕ ਹੈ ਬੰਦਾ ਤੂੰ ਗਲਤੀਆਂ ਕਰਦਾ ਪਰ ਘੱਟੋ ਘੱਟ ਮਨ ਤਾਂ ਜਾਇਆ ਕਰ ਵੀ ਹਮ ਮੈਲੇ ਤੁਮ ਉਜਲ ਕਰਤੇ ਮੈਲਾ ਹੈ ਮੈਂ, ਇਹ ਤੇਰਾ ਭੋਲਾਪਣ ਹੈ। ਰੱਬ ਦੇ ਅੱਗੇ ਗੁਰਮੁਖੋ ਆਪਣੀ ਗਲਤੀ ਸਵੀਕਾਰ ਕਰ ਲੈਣੀ ਇਹ ਭੋਲੇਪਣ ਦੀ ਨਿਸ਼ਾਨੀ ਹੁੰਦੀ ਹੈ ਅਤੇ ਭੋਲੇ ਪਾਏ ਮਿਲੇ ਰਘੁਰਾਜਾ ਉਹ ਤਾਂ ਮਿਲਦਾ ਹੀ ਭੋਲਿਆਂ ਨੂੰ ਹੈ। ਆਨੰਦ ਜਦੋਂ ਵੀ ਮਿਲਿਆ ਨਾ, ਸੁੱਖ ਜਦੋਂ ਵੀ ਮਿਲਿਆ, ਗੁਰਮੁਖੋ ਸ਼ਾਂਤੀ ਜਦੋਂ ਮਿਲੀ ਹੈ ਚਤੁਰਾਈ ਛੱਡਣ ਤੋਂ ਬਾਅਦ ਮਿਲੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਛੱਡ ਦੇ ਇਹੜ ਤੇਹੜ ਛੱਡ ਤੂੰ ਭਉ ਕਰ ਝੱਲ ਗਵਾਏ, ਛੱਡ ਦੇ ਇਹ ਆਕੜਾਂ ਫਾਕੜਾਂ ਸਾਰੀਆਂ। ਇਹੜ ਤੇਹੜ ਦਾ ਕੀ ਅਰਥ ਹੈ? ਆਕੜਾਂ ਫਾਕੜਾਂ ਛੱਡ ਸਾਰੀਆਂ। ਛੱਡ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਣਾ, ਸਤ ਸੰਗਤ ਦੇ ਵਿੱਚੋਂ ਸੱਚ ਦੇ ਧਨ ਦੀ ਪ੍ਰਾਪਤੀ ਕਰ। ਉਹ ਧਨ ਜਿਹੜਾ ਸਦੀਵੀ ਧਨ ਹੈ ਸਾਧ ਸੰਗ ਗੁਰੂ ਦੀ ਸੰਗਤ ਕਰਕੇ ਪਾਵੇ ਸੱਚ ਧਨਾ, ਉਹਦੇ ਕੋਲੋਂ ਸੱਚਾ ਨਾਮ ਪ੍ਰਾਪਤ ਕਰ। ਹਰ ਪੂੰਜੀ ਸੰਚ ਕਰੋ ਵਿਵਹਾਰ, ਵਿਵਹਾਰ ਕੀ ਹੁੰਦਾ? ਲੈਣ ਦੇਣ, ਲੈਣ ਦੇਣ ਕਰਨਾ ਹੈ ਤਾਂ ਹਰ ਪੂੰਜੀ ਸੰਚ ਹਰੀ ਦੇ ਨਾਮ ਦੀ ਪੂੰਜੀ ਨੂੰ ਇਕੱਠੀ ਕਰ। ਸੰਚ ਹੁੰਦਾ ਇਕੱਠੀ ਕਰਨਾ। ਤੂੰ ਤੂੰ ਦੁਨਿਆਵੀ ਧਨ ਹੈ ਤੇਰੇ ਕੋਲ, ਦੁਨਿਆਵੀ ਲੋਕਾਂ ਦੇ ਕੋਲ ਲੈਣ ਦੇਣ ਕਰੀ ਜਾਂਦਾ। ਜਦੋਂ ਨਾਮ ਦਾ ਧਨ ਹੋਵੇਗਾ ਫਿਰ ਗੁਰਮੁਖਾਂ ਦੇ ਨਾਲ ਰੱਬੀ ਪਿਆਰਿਆਂ ਦੇ ਨਾਲ ਨਾਮ ਦੇ ਧਨ ਦਾ ਲੈਣ ਦੇਣ ਕਰੇਗਾ। ਕਿਨਹੀ ਬਣ ਜੇ ਆਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ, ਇਹ ਤਾਂ ਆਮ ਲੋਕਾਂ ਦੀ ਗੱਲ ਹੈ ਪਰ ਕਹਿੰਦੇ ਕਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਸੰਤੋ ਬਣ ਜਿਆ ਨਾਮ ਗੋਬਿੰਦ ਕਾ। ਰੱਬ ਦੇ ਸੰਤ ਜਿਨ੍ਹਾਂ ਨੇ ਤਾਂ ਨਾਮ ਦਾ ਵਣਜ ਕੀਤਾ। ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ, ਅਸੀਂ ਤੇ ਭਾਈ ਰੱਬ ਦੇ ਨਾਮ ਦੇ ਵਪਾਰੀ ਹਾਂ। ਸਵਾਸ ਦੇਣੇ ਨੇ, ਮਨ ਦੇਣਾ ਅਤੇ ਨਾਮ ਨੂੰ ਪ੍ਰਾਪਤ ਕਰਨਾ, ਅਸੀਂ ਤੇ ਐਸੇ ਵਪਾਰੀ ਹਾਂ। ਘੱਟੋ ਘੱਟ ਗੁਰਮੁਖੋ ਗੁਰੂ ਦੇ ਦਰ ਦੇ ਉੱਤੇ ਆ ਕੇ ਐਸਾ ਵਪਾਰ ਕਰੀਏ। ਤੋਂ ਪਾਤਸ਼ਾਹ ਕਹਿੰਦੇ ਇੱਦਾਂ ਦਾ ਵਿਵਹਾਰ ਲੈਣ ਦੇਣ ਤੇਰਾ ਕਿੱਦਾਂ ਦਾ ਹੋਵੇ? ਹਰੀ ਦੇ ਨਾਮ ਦਾ ਲੈਣ ਦੇਣ ਹੋਵੇ। ਜਦੋਂ ਇੱਦਾਂ ਦਾ ਵਿਹਾਰ ਹੋਵੇਗਾ ਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਨਤੀਜਾ ਕੀ ਨਿਕਲੇਗਾ? ਈ ਹਾਂ ਸੁੱਖ, ਇੱਥੇ ਹੀ ਸੁੱਖ ਮਿਲ ਜਾਏਗਾ। ਈ ਹਾਂ ਸੁੱਖ ਦਾ ਕੀ ਅਰਥ ਹੈ? ਇੱਥੇ ਹੀ ਜਿਉਂਦੇ ਜੀ ਘਰ ਵਿੱਚ ਬੈਠੇ ਹਾਂ, ਈ ਹਾਂ ਸੁੱਖ ਦਰਗਾਹ ਜੈਕਾਰ, ਅਤੇ ਰੱਬ ਦੇ ਦਰਬਾਰ ਤੇਰੀ ਜੈ ਜੈਕਾਰ ਹੋਵੇਗੀ। ਪਰ ਇਹਦੇ ਲਈ
ਜੇ ਸੁੱਖ ਜਿਉਂਦੇ ਜੀ ਚਾਹੀਦਾ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਯਤਨ ਵੀ ਜਿਉਂਦੇ ਜੀ ਇਸੇ ਸੰਸਾਰ ਵਿੱਚ ਹੀ ਕਰਨੇ ਪੈਣਗੇ। ਮੈਂ ਗੁਰਮੁਖੋ ਸਦਾ ਸੰਗਤਾਂ ਨੂੰ ਨਾ ਇਹ ਸਦਾ ਹੀ ਬੇਨਤੀ ਕਰੀਦੀ ਹੈ ਵੀ ਬਾਲਾ ਨਾ ਲੰਮਾ। ਤੁਸੀਂ ਨਾ ਕਦੇ ਜਿਹੜੇ ਅੱਜ ਕੱਲ੍ਹ ਦੇ ਸਾਈਕੋਲੋਜਿਸਟ ਨੇ ਮਨੋਵਿਗਿਆਨਿਕ, ਤੁਸੀਂ ਪੁੱਛ ਕੇ ਦੇਖੋ ਉਹਨਾਂ ਨੂੰ, ਜਿਹੜਾ ਇਸ ਸਮੇਂ ਦਾ ਸਮਾਜ ਹੈ ਨਾ, ਆਹ ਹੁਣ ਦੇ ਸਮੇਂ ਦਾ ਸਮਾਜ ਹੈ, 80% ਜਿਹੜੀਆਂ ਸਾਨੂੰ ਟੈਂਸ਼ਨ ਹੈ ਉਹ ਓਵਰ ਥਿੰਕਿੰਗ ਦੀ ਹੈ। ਬਹੁਤਾਂਤ ਲੋੜੋਂ ਵੱਧ ਸੋਚਣਾ, ਇਹ ਇਹ ਬਹੁਤ ਵੱਡੀ ਆਪਾਂ ਕਹਿੰਦੇ ਵੀ ਸੋਚਣਾ ਚੰਗੀ ਗੱਲ, ਸੋਚਣਾ ਚੰਗੀ ਗੱਲ ਹੈ, ਸੋਚ ਕੇ ਕੰਮ ਕਰਨਾ ਚਾਹੀਦਾ, ਪਰ ਲੋੜੋਂ ਵੱਧ ਸੋਚਣਾ ਰੋਗ ਹੈ ਇਹ। ਔਰ ਇਸ ਸਮੇਂ ਸਭ ਤੋਂ ਵੱਧ ਜਿਹੜੀਆਂ ਬੰਦੇ ਦੇ ਡਿਪਰੈਸ਼ਨ ਹੈ ਜਾਂ ਬਿਮਾਰੀਆਂ ਲੱਗ ਰਹੀਆਂ ਨੇ ਉਹ ਓਵਰ ਥਿੰਕਿੰਗਾਂ ਲੱਗ ਰਹੀਆਂ ਨੇ ਵੀ ਲੋੜੋਂ ਵੱਧ ਸੋਚਦਾ। ਬਸ ਇਹਨੂੰ ਘਟਾਈਏ। ਲੋੜੋਂ ਵੱਧ ਸੋਚਣਾ ਕੀ ਹੁੰਦਾ? ਲੋੜੋਂ ਵੱਧ ਸੋਚਣ ਦਾ ਮਤਲਬ ਹੁੰਦਾ ਵੀ ਜਿਹੜੀ ਚੀਜ਼ ਅਜੇ ਹੋਵੇਗੀ ਕਿ ਨਹੀਂ ਹੋਵੇਗੀ ਉਹਦੇ ਬਾਰੇ ਸੋਚੀ ਜਾਣਾ, ਵੀ ਪਤਾ ਹੀ ਨਹੀਂ ਹੋਣੀ ਹੈ ਕਿ ਨਹੀਂ ਹੋਣੀ ਉਹਦੇ ਬਾਰੇ ਵੀ ਸੋਚੀ ਜਾਣਾ। ਜਿਵੇਂ ਸੌਖਾ ਦਾ ਸਮਝ ਲਓ ਵੀ ਬੰਦਾ ਕੁਆਰਾ ਹੋਵੇ ਅਤੇ ਫਿਕਰ ਕਰੇ ਹਾਏ ਮੇਰੇ ਬੱਚੇ ਨਾਲ ਵਿਗੜ ਜਾਣ, ਵੀ ਮਨਾ ਹਜੇ ਤਾਂ ਕੋਈ ਨੀਂ ਨਹੀਂ ਵੱਜੀ, ਹਜੇ ਤਾਂ ਵਿਆਹ ਹੀ ਨਹੀਂ ਹੋਇਆ, ਬੱਚੇ ਹੋਏ ਨਹੀਂ, ਪਰ ਸੋਚੀ ਜਾਣ ਹਾਏ ਕਦੇ ਵਿਗੜ ਨਾ ਜਾਣ। ਇੱਦਾਂ ਦੀ ਓਵਰ ਥਿੰਕਿੰਗ ਅਜੇ ਜਿਹੜਾ ਕੰਮ 20 ਸਾਲਾਂ ਨੂੰ ਹੋਣਾ, 10 ਸਾਲਾਂ ਨੂੰ ਹੋਣਾ, ਪਹਿਲਾਂ ਇਹ ਕਿਤੇ ਮੈਂ ਚਿੰਤਾ ਦੇ ਵਿੱਚ ਆ, ਕਦੇ ਇੱਦਾਂ ਨਾ ਹੋ ਜੇ ਵੀ ਜਿਹੜੀ ਚੀਜ਼ ਹੋਈ ਨਹੀਂ ਅਜੇ ਉਹਦੀ ਵੀ ਚਿੰਤਾ। ਇੱਦਾਂ ਹੁੰਦਾ ਕਈ 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 ਇੱਦਾਂ ਨਾ ਮਾਂ ਬਾਪ ਇੱਥੇ ਸਮਾਪਤ ਕਰਦੇ, ਸਮਾਂ ਵੀ ਉੱਪਰ ਹੋ ਗਿਆ, ਕਈ ਬੱਚੇ ਹੁੰਦੇ ਭਾਈ ਸਾਹਿਬ ਬੱਚੇ ਨਾ ਗੱਲ ਨਹੀਂ ਮੰਨਦੇ, ਇਹ ਕੋਈ ਸਮੱਸਿਆ? ਇਹ ਕੋਈ ਸਮੱਸਿਆ ਨਹੀਂ, ਕਿਉਂ ਅਸੀਂ ਬੱਚੇ ਕਿੱਦਾਂ ਦੇ ਬੱਚੇ ਸਮਝਦਾ ਬੰਦਾ ਅੱਜ ਕੱਲ੍ਹ, ਡਿਜ਼ਾਇਨਡ ਹੋਣ ਬੱਚੇ, ਇੱਦਾਂ ਡਿਜ਼ਾਇਨ ਕੀਤੇ ਹੋਏ। ਅੱਜ ਕੱਲ੍ਹ ਹਰ ਬੰਦਾ ਚਾਹੁੰਦਾ ਮਾਂ ਪਿਓ ਬੱਚੇ ਨਾ ਇੱਦਾਂ ਜਿਵੇਂ ਨਾ ਕੱਪੜਾ ਬਣਾਉਂਦਾ ਡਿਜ਼ਾਇਨ ਬਣਾਉਂਦਾ ਕੱਪੜਾ, ਵੀ ਜਿ ਦੱਸ ਕੇ ਆਉਂਦਾ ਵੀ ਇੱਦਾਂ ਦਾ ਡਿਜ਼ਾਇਨ ਪਾਉਣਾ ਮੇਰੇ ਕੱਪੜੇ 'ਚ। ਘਰ ਬਣਾਉਂਦਾ ਨਕਸ਼ਾ ਬਣਾ ਕੇ ਪਹਿਲਾਂ, ਫਿਰ ਇੱਦਾਂ ਘਰ ਬਣਾਉਂਦਾ ਵੀ ਜਿਹੜਾ ਆਹ ਨਕਸ਼ਾ ਬਣਾਇਆ ਨਾ ਇਹਦੇ 'ਚੋਂ ਹੇਰ ਫੇਰ ਨਹੀਂ ਹੋਣਾ ਚਾਹੀਦਾ, ਜਿੱਦਾਂ ਨਕਸ਼ਾ ਉੱਦਾਂ ਦਾ ਇੱਦਾਂ ਬਣਨਾ ਚਾਹੀਦਾ। ਠੀਕ ਹੈ, ਘਰ ਤਾਂ ਭਾਈ ਨਕਸ਼ੇ ਦਾ ਬਣ ਜਾਂਦਾ ਹੁੰਦਾ, ਕੱਪੜਾ ਦਾ ਡਿਜ਼ਾਇਨ ਬਣ ਜਾਂਦਾ ਹੁੰਦਾ, ਪਰ ਬੱਚੇ ਤੂੰ ਡਿਜ਼ਾਇਨ ਨਹੀਂ ਕਰ ਸਕਦਾ। ਬੱਚੇ ਰੱਬ ਨੇ ਡਿਜ਼ਾਇਨ ਕਰਨੇ ਆ। ਹੁਣ ਅਸੀਂ ਇੱਦਾਂ ਹੀ ਚਾਹੁੰਦੇ ਹਾਂ ਵੀ ਨਾ ਤਾਂ ਅਸੀਂ ਡਿਜ਼ਾਇਨ ਸੀ ਜਿੱਦਾਂ ਦਾ ਅਸੀਂ ਸਾਡੇ ਮਾਂ ਪਿਓ ਸੀ ਸਮਝਦੇ, ਅਸੀਂ ਉਦੋਂ ਦੇ ਸੀਗੇ ਪਹਿਲਾਂ ਨਹੀਂ ਸੀ ਨਾ। ਜਿੱਦਾਂ ਦਾ ਮਹਿਤਾ ਕਲਿਆਣ ਦਾਸ ਬਣਾਉਣਾ ਚਾਹੁੰਦੇ ਹੈ ਗੁਰੂ ਨਾਨਕ ਸਾਹਿਬ ਵੀ ਉੱਦਾਂ ਦੇ ਨਹੀਂ, ਇਹ ਹੁੰਦਾ ਹੀ ਨਹੀਂ ਕਦੇ। ਬਹੁਤਾਂਤ ਮਾਂ ਪਿਓ ਦੀ ਇਹ ਚਿੰਤਾ ਵੀ ਹਾਏ ਬੱਚੇ ਇੱਦਾਂ ਦੇ ਹੋਣੇ ਚਾਹੀਦੇ ਨੇ, ਬਿਲਕੁਲ ਆਗਿਆਕਾਰੀ ਜੇ ਹਾਂ ਕਹਿਣਾ ਤਾਂ ਹਾਂ, ਇੱਦਾਂ ਹੁੰਦਾ ਹੀ ਨਹੀਂ ਭਾਈ। ਬਹੁਤ ਚਿੰਤਾ ਇੱਦਾਂ, ਪਰ ਨਹੀਂ ਪਾਤਸ਼ਾਹ ਕਹਿੰਦੇ ਇਹ ਹੈ ਓਵਰ ਥਿੰਕਿੰਗ, ਛੱਡ ਦਿਓ ਰੱਬ ਦੇ ਉੱਪਰ। ਜੇ ਗੱਲ ਨਾ ਵੀ ਮੰਨਣਗੇ ਤਾਂ ਮੈਂ ਪਹਿਲਾਂ ਨਹੀਂ ਜਿਹਦੇ ਨਹੀਂ ਮੰਨਦੇ, ਨਾ ਮੈਂ ਅਖੀਰ ਨਾਲ ਜਿਹਦੇ ਨਹੀਂ ਮੰਨਦੇ। ਕੀ ਚਿੰਤਾ ਇਹਦੇ ਵਿੱਚ? ਹੋ ਸਕਦਾ ਸਾਡੇ ਤੋਂ ਅੱਗੇ ਨਿਕਲ ਜਾਣ। ਗੁਰੂ ਨਾਨਕ ਸਾਹਿਬ ਆਪਣੇ ਪਿਤਾ ਦੇ ਆਗਿਆਕਾਰੀ ਨਹੀਂ,
ਪਰ ਚੇਤਾ ਰੱਖੋ ਜੋ ਗੁਰੂ ਨਾਨਕ ਜੈ ਸਪਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੈਸਾ ਅਸੀਂ ਘਰ ਘਰ ਲੱਭਦੇ ਹਾਂ ਵੀ ਹਾਏ ਇੱਦਾਂ ਦਾ ਹੋਵੇ, ਪਰ ਉੱਤੇ ਆਗਿਆਕਾਰੀ ਨਹੀਂ ਆਪਣੇ ਪਿਓ ਦਾ, ਕਿਤੇ ਹੈ ਗੁਰੂ ਨਾਨਕ ਸਾਹਿਬ ਪਿਤਾ ਦੀ ਆਗਿਆਕਾਰੀ ਨਹੀਂ ਨਾ। ਇਹ ਇਹ ਜ਼ਰੂਰੀ ਨਹੀਂ ਹੈ, ਜੇ ਆਗਿਆਕਾਰੀ ਨਹੀਂ ਹੈ ਬੱਚਾ ਤਾਂ ਉਹ ਉਹ ਖਰਾਬ ਹੀ ਹੋਵੇਗਾ, ਇੱਦਾਂ ਦਾ ਕਦੇ ਨਹੀਂ ਹੁੰਦਾ। ਸਿਰਫ ਉਹ ਸਾਡੀ ਕਸੌਟੀ 'ਤੇ ਨਹੀਂ ਖਰਾ ਉਤਰ ਰਿਹਾ, ਬਸ ਇੰਨਾ ਹੀ ਹੈ, ਚਿੰਤਾ ਨਹੀਂ, ਇੱਦਾਂ ਓਵਰ ਥਿੰਕਿੰਗ। ਤੋਂ ਪਾਤਸ਼ਾਹ ਕਹਿੰਦੇ ਬਸ ਰੱਬ ਦੇ ਉੱਤੇ ਭਰੋਸਾ ਕਰਕੇ ਉਹਦੇ ਗੁਣਾਂ ਨੂੰ ਗਾ, ਕੀ ਹੋਵੇਗਾ, ਇਹਾ ਸੁੱਖ ਇੱਥੇ ਹੀ ਸੁੱਖ ਲੱਭ, ਦਰਗਾ ਜੈਕਾਰ ਨਾਮ ਜਪੀਏ ਇੱਥੇ ਹੀ ਸੁੱਖ ਮਿਲਦਾ ਪਰਮਾਤਮਾ ਦੇ ਦਰਬਾਰ ਜੈ ਜੈਕਾਰ, ਇਹਾ ਸੁੱਖ ਦਰਗਾ ਜੈਕਾਰ ਸਰਬ ਨਿਰੰਤਰ, ਸਾਰਿਆਂ ਦੇ ਵਿੱਚ ਲਗਾਤਾਰ ਇੱਕੋ ਦੇਖ, ਇੱਕ ਪਰਮਾਤਮਾ ਨੂੰ ਦੇਖ ਵੀ ਸਾਰਿਆਂ ਵਿੱਚ ਉਹ ਵਾਹਿਗੁਰੂ ਹੀ ਵੱਸਦਾ, ਪਰ ਇਹ ਕਦੋਂ ਮਿਲਦਾ, ਕਹੋ ਨਾਨਕ ਜਾ ਕੇ ਮਸਤਕ ਲੇਖ, ਜਿਨ੍ਹਾਂ ਦੇ ਮਸਤਕ ਦੇ ਵਿੱਚ ਚੰਗੇ ਲੇਖ ਲਿਖੇ ਹੁੰਦੇ ਨੇ ਭਾਈ, ਉਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਾਰਿਆਂ ਵਿੱਚ ਦੇਖਦੇ ਹੈ, ਸਾਰਿਆਂ ਵਿੱਚੋਂ ਰੱਬ ਉਹਨਾਂ ਨੂੰ ਦਿਖਦਾ ਜਿਨ੍ਹਾਂ ਦੇ ਮੱਥੇ ਦੇ ਉੱਤੇ ਪਰਮਾਤਮਾ ਨੇ ਚੰਗੇ ਲੇਖ ਲਿਖੇ ਹੁੰਦੇ ਨੇ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।